ਤੀਆਂ ਦੇ ਫਰਦੇ ਹੋਵੇ ਆਪਣੇ ਦੁੱਖਾਂ ਚ ਸਦਾ ਕਦੀ ਹਾਏ ਨਾ ਕਰੇਗਾ ਆਪਣੇ ਦੁੱਖਾਂ ਚ ਕਦੀ ਹਾਏ ਨਾ ਕਰੇ ਕਰਬਲਾ ਦੇ ਮੈਦਾਨ ਸਭ ਤੋਂ ਚੌਖੇ ਦੇ ਦਿਨ ਅਲੀ ਅਕਬਰ ਦੇ ਜਿਹੜੇ ਵੇਲੇ ਘੋੜੇ ਦੇ ਜੀਤ ਬਵਿਆ ਭੈਣਾ ਖਣਾ ਅਕਬਰ ਵੀ ਇਹ ਸਾਨੂੰ ਗਾਣੇ ਸੁਭਾਈ ਦਾ ਜਿਹੜੇ ਵੇਲੇ ਘੋੜੇ ਦੀ ਨੀਂਦ ਭਵਿਆ ਕਦੀ ਫੁੱਫੀਆਂ ਖਣਾ ਅਕਬਰ ਲਾ ਆਲ ਸਾਨੂੰ ਸੀਨਾ ਚੁਮਾਈ ਦਾ ਜਿਹੜੇ ਵੇਲੇ ਘੋੜੇ ਦੀ ਨੀਂਦ ਭਵਿਆ ਸ਼ਬੀਰ ਅਕਬਰ ਦੇ ਹੱਥੋਂ ਕੇ ਆਖਣਾ ਅਕਬਰ ਮੇਰੇ ਨਾਨੇ ਦੇ ਹੱਥ ਆਣ ਮੇਰੇ ਨਾਨੇ ਦੀਆਂ ਉਂਗਲੀਆਂ ਅਕਬਰ ਮੇਰੇ ਨਾਨੇ ਦੇ ਬਾਦ ਹੋਏ ਆਣ ਮੇਰੇ ਨਾਨੇ ਦਾ ਸੀਨਾ ਆਈ ਮੇਰੇ ਨਾਨੇ ਦੀ ਦਾੜੀ ਸ਼ਬੀਰ ਸਦਾ ਦੇ ਵਾਦੇ ਅਕਬਰ ਮੇਰੇ ਨਾਨੇ ਦੀਆਂ ਅੱਖਾਂ ਮੇਰੇ ਆਣ ਮੇਰੇ ਨਾਨੇ ਦੇ ਰੁਖ ਸਾਰੀ ਮਿਆਣ ਅਲੀ ਅਕਬਰ ਦੀ ਆਵਾਜ਼ ਬਾਬਾ ਦੇ ਇਜਾਜ਼ਤ ਮੈਂ ਮੈਦਾਨ ਮੰਨਾ ਸ਼ਬੀਰ ਫਰਮਾਇਆ ਅਕਬਰ ਮੇਰੀ ਤਰਫ ਇਜਾਜ਼ਤ ਹੈ ਇਜਾਜ਼ਤ ਮਿਲੀ ਅਲੀ ਅਕਬਰ ਦਾ ਘੋੜਾ ਠੁਰਿਆ ਸ਼ਬੀਰ ਨਾ ਟੁਰਨਾ ਸ਼ੁਰੂ ਕੀਤਾ ਅਲੀ ਅਕਬਰ ਦਾ ਘੋੜਾ ਤੇਜ਼ ਹੋਇਆ ਸ਼ਬੀਰ ਤੇਜ਼ ਹੋਇਆ ਹੈ ਆਮਾ ਜੀਓ ਅਲੀ ਅਕਬਰ ਦਾ ਘੋੜਾ ਠੁਰਿਆ ਸ਼ਬੀਰ ਦੌੜਨਾ ਸ਼ੁਰੂ ਕੀਤਾ ਹੈ ਜ਼ਮੀਨ ਨੂੰ ਹੁਕਮ ਦੇ ਕਿਆ ਦੇ ਮੇਰੇ ਕਦਮਾਂ ਚੋਂ ਨਿਕਲ ਜਾ ਮੈਂ ਜੀਂਦੇ ਦਾ ਮੂੰਹ ਵੇਖਾਂ ਅਕਬਰ ਦੀ ਦਾਦੀ ਅਕਬਰ ਦੇ ਅੱਗੋਂ ਆ ਕੇ ਅਲੀ ਅਕਬਰ ਲਾਲ ਮੁੜ ਕੇ ਵੇ ਕੁਰਾਨ ਮੂੰਹ ਦੇ ਬਾਹਰ ਜ਼ਮੀਨ ਤੇ ਜੜਦਾ ਰਹੇ ਅਲੀ ਅਕਬਰ ਜਲਦੀ ਦੇ ਨਾਲ ਜੀ ਤੋਂ ਜ਼ਮੀਨ ਤੇ ਆ ਪਿਓ ਨੂੰ ਸੀਨੇ ਨਾਲ ਲਾ ਕੇ ਬਾਬਾ ਤੂੰ ਸਾਜੋ ਆਖੇ ਮੈਂ ਨਹੀਂ ਰੁਕੇਗਾ ਸ਼ਬੀਰ ਸਰਦਾਰ ਦੀ ਆਵਾਜ਼ ਅਕਬਰ ਮੈਂ ਇਹ ਤਾਂ ਨਹੀਂ ਆਖਾਂ ਜੋ ਤੇਰੇ ਪਿੱਛੇ ਬਿਨਾਂ ਸੁ ਬਾਬਾ ਇਜਾਜ਼ਤ ਸ਼ਬੀਰ ਫਰਮਾਇਆ ਅਕਬਰ ਹੁਣ ਵਾਦਾ ਕਰਦਾ ਪਿਆ ਨਾ ਤੇਰੇ ਪਿੱਛੇ ਆ ਸਕ ਨਾ ਤੈਨੂੰ ਰੁਕੇ ਸੀ ਇੱਜ਼ਤ ਲਓ ਅਲੀ ਅਕਬਰ ਦਾ ਘੋੜਾ ਮੈਦਾਨ ਕਰਬਲਾ ਵਿੱਚ ਆਇਆ ਸ਼ਬੀਰ ਕਦੀ ਅਕਬਰ ਦੀ ਕੰਢ ਵੇਖਦਾ ਹੈ ਕਦੀ 9 ਲੱਖ ਦੇ ਪਾਸੇ ਦੇਂਦਾ ਹੈ ਮੇਰੇ ਅੱਲਾ ਕਦੀ ਅਕਬਰ ਦੀ ਕੰਢ ਵੇਖਦਾ ਹੈ ਕਦੀ ਮੈਦਾਨ ਦੇ ਪਾਸੇ ਵੇਖਦਾ ਹੈ ਅੱਲਾ ਦੀ ਪੂਰੀ ਕਾਇਨਾਤ ਜਿਵੇਂ ਹਮਾਸ ਹੁਸੈਨ ਨੂੰ ਜਾਣਦਾ ਇਹ ਕੋਈ ਨਹੀਂ ਜਾਣਦਾ ਜਦਾ ਸ਼ਬੀਰ ਸਰਦਾਰ ਦੀ ਹਾਲਤ ਦੇਖੀਏਗਾ ਦੀ ਇਹਦਾ ਹੈ ਜਿਵੇਂ ਇੱਕ ਦੋ ਪਾਸੇ ਪਾਣੀ ਆਉਂਦਾ ਹੈ ਕਦਮਾਂ ਦੇ ਹੱਥ ਲੈਣ ਰਾਜ ਤੇ ਹੱਥ ਬੰਨੇ ਦਾ ਸ਼ਬੀਰ ਸਰਦਾਰ ਪਹਿਲੇ ਅਕਬਰ ਦੇ ਪਾਸ ਨਹੀਂ ਲੈਲਾ ਸੈਨ ਦੇ ਖੈਮੇ ਦੇ ਪਾਸ ਦੌੜੇ ਨੇ ਇਹਦਾ ਤਾਂ ਲੋ ਮੇਰੀ ਸੈਨ ਹਾਲਤ ਦੇਖੀਏ ਸ਼ਬੀਰ ਸਰਦਾਰ ਦੀ ਲੜ ਕਹਿਣਾ ਦਾ ਹਟਾਇਆ ਅਕਬਰ ਨਜ਼ਰ ਆਇਆ ਮਾਰੇ ਨਜ਼ਰ ਨਹੀਂ ਆਇਆ ਪੁੱਤਰ ਨੂੰ ਸਾਂ ਜ਼ਰੂਰ ਮਾਰਿਆ ਹੈ ਜਿਨ ਨਬੀ ਹੁੰਦੇ ਜਿਨ ਫਰਿਸ਼ਤੇ ਹੁੰਦੇ ਜਿਨ ਪੱਥਰ ਹੁੰਦੇ
ਜਿਹੜਾ ਪੜ ਪੜ ਲਗਾ ਕੇ ਸਮਝਾ ਲਿਆ ਸਾਰੀ ਜ਼ਿੰਦਗੀ ਤੇਰੇ ਰੋਣ ਵਾਸਤੇ ਕਰਦਾ ਇੱਜ਼ਤ ਲਿਓ ਜਿਹੜੇ ਅਲੀ ਅਕਬਰ ਨੂੰ ਸ਼ਬੀਰ ਚੁੰਮਦਾ ਨਹੀਂ ਥੱਕਦਾ ਉਸ ਅਕਬਰ ਦੀ ਕਿਹੜੀ ਹਾਲਤ ਦਿੱਠੀ ਦੱਸਣ ਕਿਹੜੀ ਹਾਲਤ ਦਿੱਠੀ ਹੈ